ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਕਰੀ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮੈਰੀਕਾ 'ਚ। ਸਭ ਨੂੰ ਸਤਿ ਸ਼੍ਰੀ ਅਕਾਲ, ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ ਅਤੇ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਅਤੇ ਸਾਈਡ ਵੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਆ, ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 30 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ੁੱਕਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ, 408-272-2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਰ ਸਿਟੀ, ਬੀਸਲਾ ਪਰਿਵਾਰ ਫ੍ਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਅਤੇ ਸੁਖਮਿੰਦਰ ਸਿੰਘ ਢਿੱਲੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9698 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਟੈਰਿਫ ਆ, ਸਤੰਬਰ 1 ਤੋਂ ਚਾਈਨਾ ਦੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਉੱਤੇ ਜਿਹੜਾ ਟੈਰਿਫ ਟੈਕਸ ਆ ਉਹ ਵਧਣ ਜਾ ਰਿਹਾ। 92% ਜਿਹੜਾ ਅਪੈਰਲ ਇੰਪੋਰਟਸ ਹੈਗਾ ਆ, ਕੱਪੜੇ ਵਗੈਰਾ ਹੈਗੇ ਆ, ਅਤੇ ਫੁੱਟਵੀਅਰ ਐਸੋਸੀਏਸ਼ਨ ਜਿਹੜੀ ਆ ਉਹ ਕਹਿੰਦੇ ਵੀ 91.6% ਜਿੰਨੇ ਵੀ ਕੱਪੜੇ ਆਉਂਦੇ ਆ ਇੱਦਾਂ ਦਾ ਹੋਰ ਸਮਾਨ, 68.4% ਹੋਮ ਟੈਕਸਟਾਈਲ, 52.5% ਫੁੱਟਵੀਅਰ ਇੰਪੋਰਟਸ ਜਿਹੜੇ ਚਾਈਨਾ ਤੋਂ ਆਉਂਦੇ ਆ ਉਹਨਾਂ 'ਤੇ 15% ਟੈਕਸ ਸਤੰਬਰ 1 ਤੋਂ, ਯਾਨੀ ਕਿ ਪਰਸੋਂ ਤੋਂ ਜਿਹੜਾ ਲੱਗਣਾ ਸ਼ੁਰੂ ਹੋ ਜਾਊਗਾ। ਬਹੁਤ ਸਾਰੇ ਰੀਟੇਲਰ ਜਿਹੜੇ ਆ, ਬੈਸਟ ਬਾਈ, ਮੇਸੀਜ਼, ਹੋਮ ਡਿਪੂ, ਉਹ ਕਹਿੰਦੇ ਆ ਵੀ ਅਸੀਂ ਆਪਣੀਆਂ ਫੈਕਟਰੀਆਂ ਅਤੇ ਸਪਲਾਇਰਸ ਅਤੇ ਵੈਂਡਰਸ ਜਿਹੜੇ ਆ ਉਹ ਚਾਈਨਾ ਤੋਂ ਮੇ ਵੀ ਮੂਵ ਕਰ ਦਈਏ ਤਾਂ ਕਿ ਜਿਹੜਾ ਟੈਰਿਫ ਆ ਉਹ ਤੋਂ ਬਚਿਆ ਜਾ ਸਕੇ। ਕੰਪਨੀਆਂ ਵੀ ਬਹੁਤ ਸਾਰੀਆਂ ਟਾਈਮਿੰਗ 'ਤੇ ਵਰਕਆਊਟ ਕਰ ਰਹੀਆਂ ਸੀਆਂ ਵੀ ਉਹਨਾਂ ਦਾ ਸਮਾਨ ਜਿਹੜਾ ਆ ਸਤੰਬਰ 1 ਤੋਂ ਪਹਿਲਾਂ ਆ ਜਾਏ, ਕਿਉਂਕਿ ਇਹਦੇ ਨਾਲ ਅਸਰ ਬਹੁਤ ਪੈਣਾ। ਕਹਿੰਦੇ ਕਈ ਵਾਰ ਮੰਨ ਲਓ ਵੀ ਕੋਈ $10 ਦੀ ਚੀਜ਼ ਦਾ ਸਮਾਨ ਆ ਉਹ 'ਤੇ 15% ਲੱਗੂ ਅਤੇ ਫਿਰ ਉਹਦਾ ਜਿਹੜਾ ਪ੍ਰੋਫਿਟ ਮਾਰਜਨ ਆ ਉਹ ਬਹੁਤ ਘੱਟ ਰਹਿ ਜਾਣਾ ਆ ਜਿਹੜੀਆਂ ਛੋਟੇ ਛੋਟੇ ਜਿਹੜੇ ਸਮਾਨ ਹੁੰਦੇ ਆ। ਅਤੇ ਚਾਈਨਾ ਤੋਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਸਮਾਨ ਬਹੁਤ ਆਉਂਦਾ ਹੈਗਾ ਆ। ਅਤੇ ਮੈਨੂਫੈਕਚਰਰ ਕਹਿੰਦੇ ਵੀ ਜੇ ਆਪਾਂ ਚਾਈਨਾ ਤੋਂ ਹੋਂਗਕੋਂਗ ਵੀ ਈਵਨ ਮੂਵ ਕਰਦੇ ਹਾਂ, ਜਿਹੜੀ ਚੀਜ਼ $10 ਦੀ ਚਾਈਨਾ 'ਚ ਬਣਦੀ ਆ ਅਤੇ ਉਹ $20 ਦੀ ਜਿਹੜੀ ਹੋਂਗਕੋਂਗ 'ਚ ਪੈਣੀ ਹੈਗੀ ਆ। ਸੋ ਉਹਦੇ ਵੀ ਮੂਵ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ। ਸੋ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ, ਖਾਸ ਕਰਕੇ ਜਿਹੜੇ ਵਾਲਮਾਰਟ ਜਾਂ ਹੋਰ ਜਿੱਥੇ ਇਹ ਸਮਾਨ ਵੇਚਿਆ ਜਾਂਦਾ ਆ ਉਹਨਾਂ ਦੀਆਂ ਪ੍ਰਾਈਸਾਂ ਵੀ ਅੱਪ ਜਾਣਗੀਆਂ ਜੀ। ਸੋ ਸਾਰੀਆਂ ਚੀਜ਼ਾਂ ਅੱਪ ਜਾਣਗੀਆਂ, ਕਸਟਮਰ ਦੇ ਉੱਤੇ, ਉਪਭੋਗਤਾ ਦੇ ਉੱਤੇ ਕਾਫ਼ੀ ਜਿਹੜਾ ਇਸਦਾ ਅਸਰ ਆ ਉਹ ਦੇਖਣ ਨੂੰ ਮਿਲ ਸਕਦਾ। ਇਸ ਨਾਲ ਇਹ ਹੋਊਗਾ ਜੋ ਸਿੰਘ ਦੀ, ਜਿਹੜਾ ਕਸਟਮਰ ਆ ਫਿਰ ਘੱਟ ਚੀਜ਼ਾਂ ਜਿਹੜੀਆਂ ਆ ਉਹ ਕਿਤੇ ਨਾ ਕਿਤੇ ਜਿਹੜਾ ਖਰੀਦੂਗਾ, ਕਿਉਂਕਿ ਬਹੁਤਾਤ ਦੇ ਵਿੱਚ ਖਰੀਦੋ ਫਰੋਖਤ ਤਾਂ ਹੀ ਉਹ ਕਰਦਾ ਕਿਉਂਕਿ ਜੇਬਾਂ ਥੋੜ੍ਹੀਆਂ ਭਰੀਆਂ, ਚੀਜ਼ਾਂ ਸਸਤੀਆਂ ਆ, ਅਤੇ ਜੇ ਚੀਜ਼ਾਂ ਮਹਿੰਗੀਆਂ ਹੁੰਦੀਆਂ ਆ ਤਾਂ ਫਿਰ ਥੋੜ੍ਹੀ ਮੁਸ਼ਕਲ ਉਸ ਦੇ ਵਿੱਚ ਆ ਸਕਦੀ ਆ। ਅਤੇ ਓਬਵੀਅਸਲੀ ਫਿਰ ਉਸਦਾ ਜਿਹੜਾ ਇਕਨੋਮਿਕ ਆਰਥਿਕਤਾ ਦੇ ਉੱਤੇ ਜਿਹੜਾ ਕੋਈ ਨਾ ਕੋਈ ਜਿਹੜਾ ਅਸਰ, ਜਿਹੜਾ ਭੈੜਾ ਅਸਰ ਹੀ ਆਪਾਂ ਕਹਿ ਸਕਦੇ ਹਾਂ ਵੀ ਉਸਦਾ ਹੋ ਸਕਦਾ ਆ। ਸੋ ਹਰ ਇੱਕ ਨੂੰ ਬਹੁਤ ਜਿਹੜਾ ਇਤਮਾਨ ਦੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਥੋੜ੍ਹਾ ਇੰਤਜ਼ਾਰ ਕਰਕੇ, ਜਿਹੜਾ ਵੀ ਕੋਈ ਕੋਈ ਵੱਡਾ ਫੈਸਲਾ ਖਾਸ ਕਰਕੇ ਲੈਣ ਵਾਲਾ ਆ ਉਹ ਥੋੜ੍ਹਾ ਜਿਹੜਾ ਜ਼ਿਆਦਾ ਠੰਡੇ ਦਿਮਾਗ ਨਾਲ ਸੋਚ ਸਮਝ ਕੇ ਕਿ ਜਿਹੜੀ ਕੋਈ ਪ੍ਰੋਬਲਮ ਆ ਸਕਦੀ ਉਸ ਦੇ ਲਈ ਉਹ ਦੇਖਣਾ ਚਾਹੀਦਾ ਆ। ਹਰਜੋਤ ਸਿੰਘ ਜੀ, ਕੱਲ੍ਹ ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਵੀ ਬਹੁਤ ਵਾਰੀ ਇੱਦਾਂ ਜਿਹੜਾ ਹੁੰਦਾ ਆ ਵੀ ਲੋਕ ਘਰ ਜਿਹੜੇ ਖਾਸ ਕਰਕੇ ਜਦੋਂ ਬਾਏ ਕਰ ਰਹੇ ਹੁੰਦੇ ਹਨ, ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਇੰਟਰਸਟ ਰੇਟ ਲੋਅ ਹੈਗੇ ਨੇ, ਹਰ ਇੱਕ ਚਾਹੁੰਦਾ ਵੀ ਚਲੋ ਘਰ ਬਾਏ ਕਰ ਲਈਏ, ਪਰ ਨਾਲ ਦੇ ਨਾਲ ਜਿਹੜਾ ਇੱਕ ਆਰਥਿਕਤਾ ਨੂੰ ਲੈ ਕੇ, ਇੱਕ ਇਕੋਨਮੀ ਨੂੰ ਲੈ ਕੇ ਵੀ ਥੋੜ੍ਹਾ ਡਰ ਜਿਹੜਾ ਬਣਿਆ ਆ। ਸੋ ਜਿੱਦਾਂ ਤੁਸੀਂ ਦੱਸ ਹੀ ਰਹੇ ਸੀਗੇ ਵੀ ਹਰ ਇੱਕ ਬੰਦਾ ਉਸ ਹਿਸਾਬ ਦੇ ਨਾਲ ਜਦੋਂ ਘਰ ਬਾਏ ਕਰਨਾ ਵੀ ਇੰਨਾ ਕੁ ਤਿਆਰੀ ਰੱਖੇ ਵੀ ਜੇ ਬਾਏ ਚਾਂਸ ਬੰਦਾ ਲੇ ਆਫ ਹੋ ਜਾਂਦਾ ਆ ਜਾਂ ਕੋਈ ਇਨਕਮ ਤੁਹਾਡੀ ਜਿਹੜੀ ਉਹ ਘੱਟ ਜਾਂਦੀ ਆ ਵੀ ਤੁਸੀਂ ਆਪਣੀ ਜਿਹੜੀ ਮੌਰਗੇਜ ਚੱਕਣ ਜੋਗੀ ਹੋਵੋ, ਆਉਣ ਵਾਲੇ ਕੁਛ ਜਿਹੜੇ ਘੱਟੋ ਘੱਟ ਇੱਕ ਅੱਧੇ ਸਾਲ ਦੇ ਲਈ, ਇੱਕ ਦੋ ਸਾਲ ਦੇ ਲਈ ਤੁਸੀਂ ਮੌਰਗੇਜ ਚੱਕਣ ਜੋਗੇ ਹੋਣੇ ਚਾਹੀਦੇ ਆ ਤਾਂ ਜੋ ਤੁਹਾਨੂੰ ਕੋਈ ਹੋਰ ਪ੍ਰੋਬਲਮ ਨਹੀਂ ਆਵੇ। ਇਹ ਚੀਜ਼ ਕੋਈ ਵੀ ਚੀਜ਼ ਤੁਸੀਂ ਖਰੀਦ ਰਹੇ ਹੋ, ਗੱਡੀ ਤੋਂ ਲੈ ਕੇ ਘਰ ਤੱਕ ਕੋਈ ਵੀ ਚੀਜ਼ ਤੁਸੀਂ ਖਰੀਦ ਰਹੇ ਹੋ, ਇਸ ਦੇ ਲਈ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਆ। ਨਾਲ ਇਹ ਵੀ ਸੋਚਣਾ ਚਾਹੀਦਾ ਵੀ ਕੱਲ੍ਹ ਨੂੰ ਕੋਈ ਕੁਛ ਹੋਰ ਪ੍ਰੋਬਲਮ ਆ ਜਾਂਦੀ, ਕੋਈ ਮੇਜਰ ਰਿਪੇਅਰ ਆ ਜਾਂਦੀ ਹੈ ਜਾਂ ਕੁਛ ਆ ਜਾਂਦੀ ਆ, ਉਸ ਦੇ ਲਈ ਵੀ ਤੁਸੀਂ ਰੈਡੀ ਰਹੋ। ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਆਪਾਂ ਜਿੱਦਾਂ ਪੰਜਾਬ ਦੀਆਂ ਖਬਰਾਂ ਹਰਜੋਤ ਸਿੰਘ ਜੀ ਸੁਣਦੇ ਹਾਂ ਨਾ ਵੀ ਉੱਥੇ
ਫਾਹਾ ਲੈ ਲਿਆ, ਕਰਜ਼ੇ ਦੇ ਅਧੀਨ ਜਿਹੜਾ ਦੱਬੇ ਹੋਏ ਯੇ ਹੋ ਗਿਆ ਬਾਅਦ 'ਚ, ਕਿਉਂਕਿ ਸਟ੍ਰੈਸ ਲੈਵਲ ਆਲਰੇਡੀ ਬਹੁਤ ਜ਼ਿਆਦਾ ਲੋਕਾਂ ਦੇ ਜਿਹੜੇ ਉਹ ਹਾਈ ਹੈਗੇ ਆ, ਕੋਈ ਇੱਦਾਂ ਦੇ ਪੁੱਠੇ ਸਿੱਧੇ ਕਦਮ ਜਿਹੜੇ ਉਹ ਇੱਥੇ ਵੀ ਜਿਹੜੇ ਉਹ ਚੁੱਕਣੇ ਜਿਹੜੇ ਸ਼ੁਰੂ ਨਾ ਹੋ ਜਾਣ। ਸੋ ਇਸ ਲਈ ਸਬਰ ਸੰਤੋਖ ਦੇ ਵਿੱਚ ਰਹਿ ਕੇ ਜਿਹੜਾ ਆ ਜਿਹੜਾ ਵੀ ਤੁਸੀਂ ਫੈਸਲਾ ਲੈਣਾ ਆ ਉਸ ਪਾਸੇ ਵੱਲ ਨੂੰ ਲਿਓ। ਕਈ ਵਾਰ ਕੀ ਹੁੰਦਾ ਨਾ ਵੀ ਬੰਦਾ ਸੋਚਦਾ ਵੀ ਜੇ ਰਿਸੈਸ਼ਨ ਆ ਗਿਆ, ਪ੍ਰਾਈਸਾਂ ਡਿੱਗ ਪਈਆਂ, ਰੀਅਲ ਸਟੇਟ ਮਾਰਕੀਟ ਕਰੈਸ਼ ਹੋਣੀ ਸ਼ੁਰੂ ਹੋ ਗਈ, ਵੀ ਮੇਰੇ 'ਤੇ ਉਹਦਾ ਅਸਰ ਨਹੀਂ ਪੈਣਾ। ਉਹ ਜੇ ਗੁਆਂਢੀਆਂ 'ਤੇ ਪੈਂਦਾ ਤਾਂ ਆਪਣੇ 'ਤੇ ਵੀ ਪੈਣਾ, ਕਿਉਂਕਿ ਸ਼ੁਰੂ ਹੋ ਜਾਂਦਾ ਨੌਕਰੀ ਦਾ ਪਤਾ ਨਹੀਂ ਹੁੰਦਾ ਜੀ। ਇਹ ਆਲਰੇਡੀ ਪੈਣਾ ਸ਼ੁਰੂ ਹੋ ਗਿਆ। ਕਹਿੰਦੇ ਪਈ ਜਿਹੜੇ ਅਮੀਰ ਲੋਕ ਆ ਉਹਨਾਂ ਨੇ ਜਿਹੜਾ ਸਪੈਂਡਿੰਗ ਆ ਆਪਣੇ ਪੈਸੇ ਖਰਚਣੇ ਘੱਟ ਕਰ ਦਿੱਤੇ ਆ ਬਹੁਤ। ਅਤੇ ਇਹ ਜਿਹੜੇ ਨਵੇਂ ਸਰਵੇ ਆਏ ਹੈਗੇ ਆ, CNBC ਨੇ ਇਹ ਜਿਹੜੇ ਜਾਰੀ ਕੀਤੇ ਆ, ਕੱਲ੍ਹ ਹੀ ਕੀਤੇ ਆ, ਕਹਿੰਦੇ ਜਿਹੜੇ ਹਾਈ ਐਂਡ ਰੀਅਲ ਸਟੇਟ ਆ, ਜਿਹੜੇ ਮਹਿੰਗੇ ਘਰ ਹੈਗੇ ਆ, ਉਹਨਾਂ ਦਾ ਵਰਸਟ ਈਅਰ ਸੀ ਜਦੋਂ ਤੋਂ ਲਾਸਟ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ 8-10 ਸਾਲ ਪਹਿਲਾਂ। ਅਤੇ ਲਗਜ਼ਰੀ ਰਿਟੇਲਰ ਜਿਹੜੇ ਆ, ਜਿਨ੍ਹਾਂ ਦੇ ਮਹਿੰਗੇ ਕੱਪੜੇ ਹੁੰਦੇ ਆ, ਉਹ ਵੀ ਜਿਹੜੇ ਅਫੈਕਟ ਕਰ ਰਹੇ ਆ। ਅਤੇ ਈਵਨ ਵਾਲਮਾਰਟ ਟਾਰਗੇਟ ਵਰਗੇ ਜਿਹੜੇ ਆ ਉਹ ਉਹਨਾਂ 'ਤੇ ਵੀ ਅਸਰ ਪੈ ਰਿਹਾ। ਅਤੇ ਪੈਬਲ ਵੀਚ ਕਾਰ ਆਕਸ਼ਨ ਹੁੰਦੀ ਸੀ, ਉਹਦੇ 'ਤੇ ਕਹਿੰਦੇ ਪਈ ਬਹੁਤ ਜ਼ਿਆਦਾ ਅਸਰ ਪਿਆ, ਇਸ ਵਾਰੀ ਘੱਟ ਹੋਈ ਆ। ਪਹਿਲੇ ਹਾਂਜੀ ਪਹਿਲੇ ਹਾਫ 2019 ਦੇ ਪਹਿਲੇ ਜਿਹੜੇ 6 ਮਹੀਨਿਆਂ ਦੇ ਵਿੱਚ ਜਿਹੜੀਆਂ ਆਰਟ ਆਕਸ਼ਨਸ ਹੁੰਦੀਆਂ ਸੀਆਂ ਉਹਨਾਂ ਦੇ ਵਿੱਚ ਵੀ ਜਿਹੜਾ ਆ ਕਿੰਨੇ ਸਾਲਾਂ ਬਾਅਦ ਬਹੁਤ ਜ਼ਿਆਦਾ ਜਿਹੜਾ ਘਾਟਾ ਪਿਆ ਹੈਗਾ। ਸੋ ਅਮੀਰਾਂ ਨੇ ਜਿਹੜਾ ਪੈਸਾ ਜਿਹੜਾ ਖਰਚਣਾ ਆ ਉਹ ਆਲਰੇਡੀ ਘਟਾ ਦਿੱਤਾ ਹੈ। ਉਹ ਉਦੋਂ ਹੀ ਕਰਦੇ ਆ ਜਦੋਂ ਅਰਜੋਤ ਸਿੰਘ ਜੀ ਉਹਨਾਂ ਨੂੰ ਪਤਾ ਹੋਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੈਸੇ ਦੀ ਜਿਹੜੀ ਕੋਈ ਕਿੱਲਤ ਆ ਉਹ ਹੋ ਰਹੀ ਹੋਵੇ, ਨਹੀਂ ਤਾਂ ਜਿੰਨਾ ਕੁਝ ਜ਼ਿਆਦਾ ਡਾਲਰ ਹੁੰਦੇ ਉਹਨਾਂ ਨੂੰ ਖਰਚਣ ਲਈ ਤਾਂ ਬਹਾਨਾ ਹੀ ਜਿਹੜਾ ਉਹ ਚਾਹੀਦਾ ਹੁੰਦਾ ਆ। ਜੇ ਆਪਾਂ ਬੇ ਏਰੀਏ ਦੀ ਹਰਜੋਤ ਸਿੰਘ ਜੀ ਗੱਲ ਕਰੀਏ, ਓਵਰਆਲ ਹੋਮ ਸੇਲਸ ਦੇ ਉੱਤੇ ਜਿਹੜਾ ਫਰਕ ਪਿਆ ਆ, ਕਹਿੰਦੇ 9 ਜਿਹੜੀਆਂ ਕਾਉਂਟੀਜ਼ ਹੈਗੀਆਂ ਆ ਇਸ ਦੇ ਇਲਾਕੇ ਦੇ ਵਿੱਚ ਕੈਲੀਫੋਰਨੀਆ 'ਚ ਖਾਸ ਕਰਕੇ 1.5% ਘੱਟ ਜਿਹੜੇ ਆ ਉਹ ਵਿਕੇ ਨੇ, ਅਤੇ ਮੀਡੀਅਨ ਪ੍ਰਾਈਸ ਜਿਹੜਾ ਆ ਉਸ ਦੇ ਵਿੱਚ ਵੀ ਡਰੋਪ ਹੋਇਆ ਤਕਰੀਬਨ 1.2%। ਇਸ ਟਾਈਮ ਇਹਨਾਂ 9 ਕਾਉਂਟੀਜ਼ ਦੇ ਵਿੱਚ 9.25 ਲੱਖ ਡਾਲਰ ਜਿਹੜੀ ਕੀਮਤ ਘਰਾਂ ਦੀ ਜਿਹੜੀ ਉਹ ਹੋਈ ਆ, ਰੀਅਲ ਇਸਟੇਟ ਡਾਟਾ ਕੋਰ ਲੌਜਿਕ ਦੇ ਦੁਆਰਾ ਜਿਹੜੇ ਇਹ ਅੰਕੜੇ ਉਹ ਜਾਰੀ ਕੀਤੇ ਗਏ ਆ। ਅਜੇ ਵੀ ਕਈ ਥਾਵਾਂ ਦੇ ਉੱਤੇ ਸਿਲੀਕੋਨ ਵੈਲੀ ਦੇ ਵਿੱਚ ਜੇ ਆਪਾਂ ਖਾਸ ਕਰਕੇ ਗੱਲ ਕਰੀਏ ਤਾਂ ਉੱਥੇ ਵੀ ਜਿਹੜਾ ਐਂਟਰੀ ਲੈਵਲ ਹੋਮ ਦੀ ਜਿਹੜੀ ਮੀਡੀਅਨ ਪ੍ਰਾਈਸ $1 million ਦੇ ਉੱਤੇ ਹੈਗੀ ਆ, ਪਰ ਓਵਰਆਲ ਨਵੇਂ ਘਰਾਂ ਦੀ ਜਿਹੜੀ ਖਰੀਦੋ ਫਰੋਖਤ ਆ ਉਸ ਦੇ ਵਿੱਚ ਕਟੌਤੀ ਹੋਈ ਆ। ਹਾਂ, ਇੱਕ ਚੀਜ਼ ਇਸ ਮਾਰਕੀਟ ਦੇ ਵਿੱਚ ਹੋਈ ਹੈ ਵੀ ਰੀਫਾਈਨੈਂਸਿੰਗ ਬਹੁਤ ਜ਼ਿਆਦਾ ਜਿਹੜੀ ਇਸ ਟਾਈਮ ਉਹ ਚੱਲ ਰਹੀ ਆ, ਉਸ ਦੇ ਅੰਕੜੇ ਜਿਹੜੇ ਕਾਫੀ ਜ਼ਿਆਦਾ ਆ। ਬਹੁਤ ਸਾਰੇ ਜਿਹੜੇ ਮੌਰਗੇਜ ਵਾਲੇ ਹੈਗੇ ਆ ਉਹ ਰੀਫਾਈਨੈਂਸਿੰਗ ਕਰਨ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਟਾਈਮ ਬਿਜ਼ੀ ਹੈਗੇ ਨੇ, ਕਾਰਨ ਉਸ ਦੇ ਪਿੱਛੇ ਇਹੀ ਆ ਹਰਜੋਤ ਸਿੰਘ ਜੀ ਵੀ ਜਿਹੜੀ ਓਵਰਆਲ ਇੰਟਰਸਟ ਰੇਟ ਆ ਉਹ ਡਾਊਨ ਚੱਲ ਰਹੇ ਨੇ ਜੀ। ਅਗਲੀ ਖਬਰ ਬਾਅਦ ਚੱਲੀਏ ਜਿਹੜੀ UK ਤੋਂ ਆ ਰਹੀ ਆ। UK ਦੇ ਵਿੱਚ ਜਦੋਂ ਤੋਂ ਹੀ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਆ, ਉਹਨਾਂ ਨੇ ਕਿਹਾ ਹੈਗਾ ਵੀ ਮੈਂ ਜਿਹੜੀ ਆ ਪਾਰਲੀਮੈਂਟ ਉਹ ਸਸਪੈਂਡ ਕਰਨ ਜਾ ਰਿਹਾ ਹੈਗਾ ਕਿਉਂਕਿ ਉੱਥੇ ਬ੍ਰੈਕਸਿਟ ਦਾ ਰੌਲਾ ਆ। ਇਸੇ ਤਰ੍ਹਾਂ ਜਿਹੜੀ ਉੱਥੇ ਦੀ ਰਾਣੀ ਆ, ਮਹਾਰਾਣੀ ਆ, ਉਸਨੇ ਵੀ ਉਹਨੂੰ ਗੋ ਹੈਡ ਕਰ ਦਿੱਤਾ ਵੀ ਠੀਕ ਆ ਤੁਸੀਂ ਪਾਰਲੀਮੈਂਟ ਜਿਹੜੀ ਸਸਪੈਂਡ ਕਰ ਰਹੇ ਆ। ਅਤੇ ਬਹੁਤ ਸਾਰੇ ਜਿਹੜੇ ਓਪੋਜੀਸ਼ਨ ਲੀਡਰਸ ਹੈਗੇ ਆ ਉਹ ਕਹਿ ਰਹੇ ਆ ਵੀ ਇਹ ਜਿਹੜੀ ਆ ਬ੍ਰਿਟਿਸ਼ ਡੈਮੋਕ੍ਰੇਸੀ ਨੂੰ ਇੱਕ ਤਰ੍ਹਾਂ ਦੇ ਨਾਲ ਖਤਮ ਕਰਨ ਜਾ ਰਹੇ ਆ। ਪਰ ਇਹਦਾ ਐਂਡ ਜੇ ਦੇਖਿਆ ਜਾਵੇ ਕਹਿੰਦੇ ਵੀ ਜਿਹੜਾ ਬੋਰਿਸ ਜੌਨਸਨ ਆ ਇਸ ਨੂੰ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਆ ਫਾਇਦਾ ਹੋਊਗਾ ਕਿਉਂਕਿ ਜਿਹੜੀ ਆ ਕੋਈ ਗੱਲਬਾਤ ਨਹੀਂ ਚੱਲ ਰਹੀ ਸੀ। ਪਿਛਲੇ 2 ਪ੍ਰਾਈਮ ਮਿਨਿਸਟਰ ਜਿਹੜੇ ਆ ਬ੍ਰੈਕਸਿਟ ਦੀ ਭੇਂਟ ਚੜ ਗਏ ਹੈਗੇ ਆ, ਥਰੀਸਾ ਮੇ ਵੀ, ਪਰ ਇਹ ਜਿਹੜਾ ਬੋਰਿਸ ਜੌਨਸਨ ਆ ਇਹ ਇੱਕ ਤਰ੍ਹਾਂ ਦੇ ਨਾਲ ਬਾਹਰ ਹੋਣਾ ਚਾਹੁੰਦਾ ਆ ਵੀ ਚਾਹੇ ਡੀਲ ਬਣਦੀ ਆ ਚਾਹੇ ਨਹੀਂ ਬਣਦੀ। ਪਰ ਹੁਣ ਉਹਦੀ ਜਿਹੜੀ ਓਪੋਜੀਸ਼ਨ ਆ ਉਹ ਕਾਫੀ ਜ਼ਿਆਦਾ UK ਦੇ ਵਿੱਚ ਹੋ ਰਹੀ ਹੈ। ਬਿਲਕੁਲ, ਉਸ ਦੇ ਵਿੱਚ ਉਸਦੇ ਆਪਣੇ ਹੀ ਜਿਹੜੇ ਕਈ ਪਾਰਟੀ ਦੇ ਜਿਹੜੇ MPs ਵਗੈਰਾ ਹੈਗੇ ਆ ਉਹਨਾਂ ਨੇ ਕਈਆਂ ਨੇ ਅਸਤੀਫੇ ਵੀ ਜਿਹੜੇ ਇਸ ਚੀਜ਼ ਦੇ ਖਿਲਾਫ ਜਿਹੜੇ ਦਿੱਤੇ ਆ ਵੀ ਕਹਿੰਦੇ ਇਹ ਤਾਂ ਸ਼ਰੇਆਮ ਕਿਤੇ ਨਾ ਕਿਤੇ ਜਿਹੜਾ ਧੱਕਾ ਹੀ ਨਜ਼ਰ ਆ ਰਿਹਾ ਆ। ਅਤੇ ਹਰਜੋਤ ਸਿੰਘ ਜੀ, ਅਗਲੀ ਜੇ ਆਪਾਂ ਮੁੜ ਵਾਪਸ ਅਮਰੀਕਾ ਵੱਲ ਨੂੰ ਆਈਏ ਤਾਂ ਜਿਹੜਾ ਹਰੀਕੇਨ ਡੋਰੀਅਨ ਆ ਉਹ ਹੌਲੀ ਹੌਲੀ ਜਿਹੜੀ ਉਸਦੀ ਪਾਵਰ ਜਿਹੜੀ ਆ ਉਹ ਕਹਿੰਦੇ ਵੱਧਦੀ ਜਾ ਰਹੀ ਆ। ਇਸ ਟਾਈਮ ਜਿਹੜੀ ਕੋਨ ਆਫ ਅਨਸਰਟਨਿਟੀ ਹੁੰਦੀ ਆ ਇਸ ਹਰੀਕੇਨਸ ਦੀ, ਉਸ 'ਤੇ ਜਿਹੜਾ ਪਾਥ ਦਿਖਾਇਆ ਜਾ ਰਿਹਾ ਆ ਉਸ ਦੇ ਵਿੱਚ ਪੂਰੇ ਦਾ ਪੂਰਾ ਫਲੋਰੀਡਾ ਦਾ ਜਿਹੜਾ ਈਸਟ ਵਾਲਾ ਕੋਸਟ ਆ ਉਹ ਦਿਖਾ ਰਿਹਾ ਵੀ ਹੁਣ ਉਸ ਇਲਾਕੇ ਦੇ ਵਿੱਚ ਕਿਸੇ ਪਾਸੇ ਵੀ ਜਿਹੜਾ ਹਰੀਕੇਨ ਡੋਰੀਅਨ ਜਿਹੜਾ ਉਹ ਆ ਸਕਦਾ ਆ। ਉਸ ਦੇ ਕਰਕੇ ਕਾਫੀ ਜ਼ਿਆਦਾ ਜਿਹੜੀ ਆ ਲੋਕਾਂ ਦੇ ਵਿੱਚ ਸਹਿਮ ਜਿਹੜਾ ਬਣਿਆ ਹੋਇਆ। ਵੈਸੇ ਤਾਂ ਹਰੀਕੇਨ ਸੀਜ਼ਨ ਦੇ ਲਈ ਜਿਹੜੇ ਫਲੋਰੀਡੀਅਨਸ ਆ ਉਹ ਕਹਿੰਦੇ ਵੀ ਉਹ ਜ਼ਿਆਦਾਤਰ ਤਿਆਰ ਹੀ ਰਹਿੰਦੇ ਆ ਇਸ ਟਾਈਮ, ਪਰ ਕਹਿੰਦੇ ਵੀ ਹੁਣ ਜਿਹੜੇ ਸਟੋਰਾਂ ਦੇ ਵਿੱਚੋਂ ਪਾਣੀ, ਬੈਟਰੀਆਂ ਅਤੇ ਜਿਹੜੀ ਰੋਜ਼ਮਰਾ ਦੀ ਜਿਹੜੀਆਂ ਜ਼ਰੂਰਤਾਂ ਨੇ ਜਿਹੜੀਆਂ ਉਹਨਾਂ ਨੂੰ ਚਾਹੀਦੀਆਂ ਵੀ ਜੇ ਬਾਈ ਚਾਂਸ ਹਰੀਕੇਨ ਆ ਜਾਂਦਾ ਆ
ਪਾਣੀ ਉਹ ਪਾਣੀ ਹੋ ਜਾਂਦੇ ਆ, ਘਰਾਂ ਦੇ ਵਿੱਚ ਫਸ ਜਾਂਦੇ ਆ, ਉਹ ਚੀਜ਼ਾਂ ਟੋਟਲੀ ਸ਼ੈਲਫਾਂ ਦੇ ਉੱਤੋਂ ਮੁੱਕਦੀਆਂ ਜਾ ਰਹੀਆਂ ਆ। ਸਭ ਨੂੰ ਪਤਾ ਵੀ ਅਜਿਹੇ ਮੌਕਿਆਂ ਦੇ ਉੱਤੇ ਜਿਹੜੀ ਪ੍ਰਾਈਜ਼ ਗੌਜਿੰਗ ਆ ਉਹ ਬਹੁਤ ਜ਼ਿਆਦਾ ਦੇਖੀ ਜਾਂਦੀ ਆ। ਜਿਹੜੇ ਕਿ ਪਾਣੀ ਦੇ ਜਿਹੜੇ ਕੇਨ ਹੁੰਦੇ ਆ ਉਹ ਕਈ ਕਈ ਗੁਣਾ ਮਹਿੰਗੇ ਕੀਮਤ ਦੇ ਉੱਤੇ ਬਾਅਦ ਦੇ ਵਿੱਚ ਉੱਥੇ ਮੁੱਕ ਜਿਹੜੇ ਵਿਕਦੇ ਨੇ ਅਤੇ ਬਹੁਤ ਜਲਦੀ ਜਿਹੜੇ ਉੱਥੇ ਮੁੱਕ ਜਾਂਦੇ ਨੇ। ਅਤੇ ਇੱਕ ਜਿਹੜੀ ਚੀਜ਼ ਇਸ ਦੇ ਵਿੱਚ ਸੁਣਨ ਦੇ ਵਿੱਚ ਇਹ ਵੀ ਆਈ, ਹਰਜੋਤ ਸਿੰਘ ਜੀ, ਵੀ ਜਿਹੜੇ ਰਾਸ਼ਟਰਪਤੀ ਟਰੰਪ ਦਾ ਮਾਰਾ ਲਾਗੋ ਕਰਕੇ ਰਿਜ਼ੋਰਟ ਹੈਗਾ ਆ ਉਹ ਵੀ ਖਤਰੇ ਦੇ ਜਿਹੜੇ ਉੱਥੇ ਵੀ ਜਿਹੜੇ ਘੁੱਗੂ ਕਹਿੰਦੇ ਆ ਉਹ ਬੋਲੇ ਨੇ ਵੀ ਸ਼ਾਇਦ ਉਹ ਵੀ ਇਸ ਹਰੀਕੇਨ ਦੇ ਪਾਥ ਦੇ ਵਿੱਚ ਆ ਸਕਦਾ ਆ। ਅਤੇ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਆ। ਪਰ ਆਲਰੇਡੀ ਜਿਹੜੇ ਫਲੋਰੀਡਾ ਦੇ ਗਵਰਨਰ ਆ ਉਹਨਾਂ ਨੇ ਕਈ ਜਿਹੜੇ ਉੱਥੋਂ ਦੇ ਕਾਉਂਟੀਜ਼ ਆ ਉਸ ਦੇ ਵਿੱਚ ਸਟੇਟ ਆਫ ਐਮਰਜੈਂਸੀ ਆਲਰੇਡੀ ਘੋਸ਼ਿਤ ਕਰ ਦਿੱਤੀ ਹੋਈ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਲੇਟੈਸਟ ਖਬਰ ਆ ਰਹੀ ਸੀ ਬੀ ਐੱਸ ਵੱਲੋਂ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਪੂਰੀ ਦੁਨੀਆ ਨੂੰ ਇੱਕ ਤਰ੍ਹਾਂ ਨਾਲ ਚੇਤਾਵਨੀ ਦਿੱਤੀ ਆ ਵੀ ਕਸ਼ਮੀਰ ਦੇ ਵਿੱਚ ਜੈਨੋਸਾਈਡ ਮੁਸਲਮਾਨਾਂ ਦਾ ਹੋ ਰਿਹਾ ਹੈਗਾ ਆ। ਪੂਰੀ ਤਰ੍ਹਾਂ ਮੀਡੀਆ ਉੱਥੇ ਬੰਦ ਕੀਤਾ ਗਿਆ ਆ। ਪਿਛਲੇ ਦਿਨਾਂ ਦੇ ਵਿੱਚ ਬੀ ਬੀ ਸੀ ਦੀ ਰਿਪੋਰਟ ਪਬਲਿਸ਼ ਹੋਈ ਸੀ ਵੀ ਕਿਸ ਤਰ੍ਹਾਂ ਮੁਸਲਮਾਨਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਆ, ਮਾਰਿਆ ਜਾ ਰਿਹਾ ਅਤੇ ਇਲੈਕਟ੍ਰਿਕ ਸ਼ੌਕ ਲਾਏ ਜਾ ਰਹੇ ਆ, ਅਤੇ ਜਿਹੜੀਆਂ ਕਸ਼ਮੀਰੀਆਂ ਬੀਬੀਆਂ ਆ ਉਹਨਾਂ ਦੇ ਰੇਪ ਕੀਤੇ ਜਾ ਰਹੇ ਆ ਕਈ ਆਰ ਐੱਸ ਐੱਸ ਦੇ ਗੁੰਡਿਆਂ ਵੱਲੋਂ, ਅਤੇ ਉਹਨਾਂ ਨੇ ਵਰਦੀਆਂ ਜਿਹੜੀਆਂ ਆ ਉਹ ਪੁਲਿਸ ਦੀਆਂ ਪਾਈਆਂ ਹੋਈਆਂ ਆ ਤਾਂ ਕਿ ਲੱਗੇ ਵੀ ਪੁਲਿਸ ਵਾਲੇ ਆ। ਸੋ ਇਹ ਸੀ ਬੀ ਐੱਸ ਨੇ ਲੇਟੈਸਟ ਰਿਪੋਰਟ ਦਿੱਤੀ ਹੈਗੀ ਆ, ਕਿਉਂਕਿ ਅੱਜ ਉੱਥੇ ਬਹੁਤ ਵੱਡਾ ਕਹਿੰਦੇ ਪ੍ਰੋਟੈਸਟ ਹੋਇਆ ਜਿਹਦੇ ਵਿੱਚ ਇਮਰਾਨ ਖਾਨ ਨੇ ਇਹ ਕਿਹਾ ਵੀ ਹੁਣ ਇੰਡੀਆ ਵਾਲੇ ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜਾ ਕਸ਼ਮੀਰ ਹੈਗਾ ਓਕੂਪਾਈਡ ਉਹਦੇ 'ਤੇ ਅਟੈਕ ਕਰ ਸਕਦੇ ਆ, ਲੋਕਾਂ ਦਾ ਧਿਆਨ ਪਰੇ ਕਰਨ ਨੂੰ ਵੀ ਜਿਹੜਾ ਜਿੰਨਾ ਜ਼ੁਲਮ ਕਸ਼ਮੀਰ 'ਚ ਹੋ ਰਿਹਾ ਆ। ਅਤੇ ਉਹ ਕਹਿੰਦੇ ਵੀ ਜੇ ਇੱਦਾਂ ਦੀ ਗੱਲ ਹੁੰਦੀ ਆ ਅਤੇ ਅਸੀਂ ਪੂਰਾ ਉਹਦਾ ਜਿਹੜਾ ਜਵਾਬ ਦਊਂਗੇ। ਦੋਨੋਂ ਹੀ ਜਿਹੜੀਆਂ ਮੁਲਕ ਹੈਗੇ ਆ ਉਹ ਨਿਊਕਲੀਅਰ ਪਾਵਰ ਦੋਨਾਂ ਕੋਲ ਹੈਗੀ ਆ, ਅਤੇ ਕਹਿੰਦੇ ਵੀ ਇਹ ਪੂਰੇ ਸਾਊਥ ਏਸ਼ੀਆ ਨੂੰ ਇਹਦਾ ਜਿਹੜਾ ਇਫੈਕਟ ਹੋਊਗਾ। ਇਹ ਉਹਨਾਂ ਨੇ ਪੂਰੀ ਦੁਨੀਆ ਨੂੰ ਇੱਕ ਤਰ੍ਹਾਂ ਨਾਲ ਚੇਤਾਵਨੀ ਦਿੱਤੀ ਆ ਜੀ। ਇਹ ਕੋਈ ਬਹੁਤੀ ਚੰਗੀ ਚੀਜ਼ ਜਿਹੜੀ ਉਹ ਨਜ਼ਰ ਨਹੀਂ ਆ ਰਹੀ, ਅਤੇ ਕਿਉਂਕਿ ਜਿਹੜਾ ਆਪਣਾ ਹੁਣ ਜਿਹੜਾ ਹੈਗਾ ਆ ਸੂਬਾ ਪੰਜਾਬ ਆ ਉਹ ਤਾਂ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਆ, ਅਤੇ ਜਦੋਂ ਜੇ ਮੰਨ ਲਓ ਦੋ ਮੁਲਕਾਂ ਦੇ ਵਿੱਚ ਲੜਾਈ ਹੁੰਦੀ ਆ, ਜਿਹੜੇ ਦਿੱਲੀ ਬੈਠੇ ਯੂਪੀ ਬੈਠੇ ਉਹਨਾਂ ਦੇ ਉੱਤੇ ਉਹ ਅਸਰ ਨਹੀਂ ਹੋਣਾ, ਜਿਹੜਾ ਪੰਜਾਬੀਆਂ ਨੂੰ ਬੈਠਿਆਂ ਦੇ ਬਾਰਡਰ ਦੇ ਉੱਤੇ ਬੈਠਿਆਂ ਨੂੰ ਜਿਹੜਾ ਉਹ ਅਸਰ ਉਹ ਹੁੰਦਾ ਆ। ਸੋ ਬੜੀ ਅਫਸੋਸ ਵਾਲੀ ਗੱਲ ਆ, ਇੱਕ ਪਾਸੇ 550 ਜਿਹੜਾ ਆ ਜਨਮ ਜਿਹੜਾ ਪੁਰਬ ਆ ਉਹ ਆਪਾਂ ਮਨਾ ਰਹੇ ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਦੋਨੋਂ ਪਾਸਿਓਂ ਜਿਹੜਾ ਕੰਮ ਕਾਰ ਇਸ ਪਾਸੇ ਵੱਲ ਨੂੰ ਜਿਹੜਾ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਸਿੱਖਾਂ ਦੇ ਵਿੱਚ ਬੜਾ ਉਤਸ਼ਾਹ ਸੀਗਾ। ਪਰ ਜੇ ਲੜਾਈ ਇੱਦਾਂ ਦੀ ਜੇ ਕੋਈ ਲੱਗਦੀ ਆ ਤਾਂ ਉਸਦਾ ਬਹੁਤ ਹੀ ਭੈੜਾ ਜਿਹੜਾ ਅਸਰ ਹੈ ਇਸ ਪੂਰੇ ਹੀ ਜਿਹੜੇ ਪ੍ਰੋਗਰਾਮ ਦੇ ਉੱਤੇ ਪੈ ਜਾਵੇਗਾ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਹਾਂਗਕਾਂਗ ਤੋਂ ਆ ਰਹੀ ਆ। ਹਾਂਗਕਾਂਗ ਦੇ ਵਿੱਚ ਜਿਹੜੇ ਉੱਥੇ ਦਾ ਮੇਨ ਓਪੋਜੀਸ਼ਨ ਦਾ ਐਕਟਿਵਿਸਟ ਸੀਗਾ ਜਦੋਂ ਦੇ ਪ੍ਰੋਟੈਸਟ ਹੋ ਰਹੇ ਆ, ਯਸ਼ੂਆ, ਉਸ ਨੂੰ ਜਿਹੜੀ ਹਾਂਗਕਾਂਗ ਦੀ ਸਰਕਾਰ ਆ ਉਸ ਨੇ ਅਰੈਸਟ ਕਰ ਲਿਆ ਹੈਗਾ ਜੀ। ਬਿਲਕੁਲ, ਕਹਿੰਦੇ ਉੱਥੇ ਐਨੀਵਰਸਰੀ ਤੋਂ ਪਹਿਲਾਂ ਜਿਹੜੇ ਆ ਇਹਨਾਂ ਨੂੰ ਜਿਹੜਾ ਆ ਹਿਰਾਸਤ ਦੇ ਵਿੱਚ ਲੈ ਲਿਆ। ਸਭ ਨੂੰ ਪਤਾ ਵੀ ਹਾਂਗਕਾਂਗ ਦੇ ਵਿੱਚ ਲਗਾਤਾਰ ਪਿਛਲੇ ਕਈ ਹਫ਼ਤਿਆਂ ਤੋਂ ਜਿਹੜੇ ਭਾਰੀ ਪ੍ਰੋਟੈਸਟ ਜਿਹੜੇ ਆ ਉਹ ਵਿਰੋਧ ਜਿਹੜਾ ਉਹਨਾਂ ਦਾ ਚੱਲ ਰਿਹਾ ਹੈਗਾ ਆ, ਕਿਉਂਕਿ ਚਾਈਨਾ ਵਾਲੇ ਉਹ ਹਾਂਗਕਾਂਗ ਨੂੰ ਆਪਣੇ ਕਬਜ਼ੇ ਅਧੀਨ ਇੱਕ ਹਿਸਾਬ ਦੇ ਨਾਲ ਲੈਣਾ ਚਾਹੁੰਦੇ ਆ, ਅਤੇ ਉੱਥੋਂ ਦੀ ਡੈਮੋਕ੍ਰੇਸੀ ਨੂੰ ਉਹ ਉੱਥੋਂ ਦੀ ਚਾਈਨਾ ਵਰਗੀ ਡੈਮੋਕ੍ਰੇਸੀ ਬਣਾਉਣ ਨੂੰ ਜਿਹੜਾ ਉਹ ਫਿਰਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਦੋ ਬੰਦੇ ਉਹ ਕਹਿ ਰਹੇ ਸੀਗੇ ਵੀ ਅਸੀਂ ਨਾ ਮਿਲਟਰੀ ਸਰਵਿਸ ਜਿਹੜੀ ਆ ਉਹ ਕਰਕੇ ਆਏ ਹਾਂ, ਅਤੇ ਕਹਿੰਦੇ ਦੱਸਦੇ ਸੀਗੇ ਵੀ ਅਸੀਂ ਜਿਹੜੇ ਵੈਟਰਨਸ ਹੈਗੇ ਹਾਂ। ਜਦ ਜਾਂਚ ਇਸ ਬਾਰੇ ਜਿਹੜੀ ਕਰ ਰਹੇ ਸੀਗੇ ਤਾਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਭਾਈ ਤਾਂ ਜਿਹੜਾ ਝੂਠ ਬੋਲ ਰਿਹਾ ਹੈ, ਇਹ ਮੋਂਟਾਨਾ ਤੋਂ ਜਿਹੜੀ ਖਬਰ ਆ ਰਹੀ ਆ। ਫਿਰ ਬਾਅਦ ਦੇ ਵਿੱਚ ਜਿਹੜੇ ਮੋਂਟਾਨਾ ਦਾ ਜੱਜ ਆ ਉਹਨਾਂ ਨੇ ਇਸ ਦੋਨਾਂ ਹੀ ਬੰਦਿਆਂ ਨੂੰ ਜਿਨ੍ਹਾਂ ਨੇ ਝੂਠ ਬੋਲਿਆ ਇਹ ਕਿਹਾ ਵੀ ਅਸੀਂ ਵੈਟਰਨਸ ਹੈਗਾ ਹੈ, ਰੋਇਨ ਪੈਟ੍ਰਿਕ ਮੋਰਿਸ 28 ਸਾਲ ਦਾ, ਟਰੋਏ ਐਲਨ ਨੈਲਸਨ 33 ਸਾਲ ਦਾ, ਅਤੇ ਉਸ ਨੂੰ ਫਿਰ ਕਹਿੰਦੇ ਆ ਵੀ ਹੁਣ ਜਿਹੜੇ ਜੱਜ ਆ ਉਸ ਨੇ ਇੱਕ ਅਵੱਲੀ ਜੀ ਨਵੇਕਲੀ ਜੀ ਜਿਹੜੀ ਸਜ਼ਾ ਸੁਣਾਈ ਹੈ। ਕਹਿੰਦੇ ਜਿਹੜੇ 6700 ਅਮਰੀਕੀ ਮਾਰੇ ਗਏ ਨੇ ਇਨ ਐਕਸ਼ਨ, ਕਿਲਡ ਇਨ ਐਕਸ਼ਨ ਨੇ, ਉਹਨਾਂ ਸਾਰਿਆਂ ਦੇ ਨਾਮ ਜਿਹੜੇ ਆ ਬਾਰ ਬਾਰ ਲਿਖਣ ਨੂੰ ਜਿਹੜੇ ਦਿੱਤੇ ਆ। ਜਿੱਦਾਂ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਨਹੀਂ ਆਖਿਆ ਜਾਂਦਾ ਜਦੋਂ ਕੋਈ ਉਹ ਝੂਠ ਬੋਲਦਾ ਜਾਂ ਕੁਛ ਇੱਦਾਂ ਦੀ ਗੱਲ ਕਰਦਾ, ਉਸ ਨੂੰ ਬਾਰ ਬਾਰ ਉਹ ਲਾਈਨ ਕਾਪੀ ਦੇ ਉੱਤੇ ਲਿਖਣ ਦੇ ਲਈ ਆਖੀ ਜਾਂਦੀ ਆ ਵੀ ਤਾਂ ਜੋ ਬੰਦੇ ਦੇ ਵਿੱਚ ਜਿਹੜਾ ਕੋਈ ਰਿਮੋਰਸ ਜਿਹੜਾ ਉਹ ਆਵੇ ਵੀ ਮੈਂ ਜਿਹੜਾ ਇਹ ਚੀਜ਼ ਗਲਤ ਕੀਤਾ ਆ। ਅਤੇ ਹੁਣ ਜਿਹੜੇ ਕਹਿੰਦੇ ਵੀ ਇਹ ਦੋ ਬੰਦਿਆਂ ਨੂੰ ਮੋਂਟਾਨਾ ਦੇ ਜੱਜ ਨੇ 6700 ਜਿਹੜੇ ਅਮਰੀਕਨ ਫੌਜੀ ਨੇ ਉਹਨਾਂ ਦੇ ਜਿਹੜੇ ਕਿਲਡ ਮਾਰੇ ਗਏ ਸੀਗੇ ਐਕਸ਼ਨ ਦੇ ਦੌਰਾਨ, ਉਹਨਾਂ ਦੇ ਨਾਮ ਜਿਹੜੇ ਆ ਵਾਰ ਵਾਰ ਲਿਖਣ ਨੂੰ ਜਿਹੜੇ ਉਹ
ਦਿੱਤੇ ਨੇ। ਇਹਨਾਂ ਦੋਨਾਂ ਨੇ ਹਰਜੋਤ ਸਿੰਘ ਜੀ ਵੈਟਰਨ ਟ੍ਰੀਟਮੈਂਟ ਕੋਰਟ ਦੇ ਵਿੱਚ ਮਿਲਟਰੀ ਸਰਵਿਸ ਦੇ ਲਈ ਜਿਹੜਾ ਉਹ ਕਲੇਮ ਜਿਹੜਾ ਕੀਤਾ ਸੀ, ਗਲਤ ਕਲੇਮ ਕੀਤਾ ਸੀ, ਇਹ ਝੂਠ ਬੋਲ ਕੇ ਵੀ ਉਹ ਵਾਰ ਵੈਟਰਨਸ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕਈ ਵਾਰੀ ਪੰਜਾਬ ਪੁਲਿਸ ਦੀ ਤਾਂ ਗੱਲ ਕਰਦੇ ਰਹਿੰਦੇ ਹਾਂ, ਨਿਊਯਾਰਕ ਦੇ ਵਿੱਚ ਦੋ ਪੁਲਿਸ ਦੇ ਜਿਹੜੇ ਡਿਟੈਕਟਿਵ ਆ ਕਹਿੰਦੇ ਉਹਨਾਂ ਨੇ ਇੱਕ 18 ਸਾਲਾਂ ਦੀ ਜਿਹੜੀ ਬੀਬੀ ਸੀਗੀ ਉਹਨੂੰ ਅਰੈਸਟ ਕੀਤਾ ਅਤੇ ਉਹਨੂੰ ਹੈਂਡਕਫ ਕੀਤਾ ਹੋਇਆ ਸੀ ਅਤੇ ਉਹਦੇ ਨਾਲ ਉਹਨਾਂ ਨੇ ਜਿਹੜਾ ਰੇਪ ਕੀਤਾ ਅਤੇ ਉਸ ਤੋਂ ਬਾਅਦ ਜਿਹੜੇ ਆ ਉਹਨਾਂ ਦੇ ਉੱਤੇ ਜਿਹੜੇ ਆ ਚਾਰਜਸ ਲਾਏ ਗਏ। ਚਾਰਜਸ ਵੀ ਬੜੇ ਕਹਿੰਦੇ ਘੱਟ ਲਾਏ ਗਏ, ਸਿਰਫ ਉਹਨਾਂ ਨੂੰ ਪ੍ਰੋਵੇਸ਼ਨ ਜਿਹੜੀ ਦਿੱਤੀ ਗਈ ਹੈਗੀ ਆ, ਜਦੋਂ ਕਿ ਪ੍ਰੋਸੀਕਿਊਟਰ ਨੇ ਉਹਨਾਂ ਦੀ 1-3 ਸਾਲ ਦੀ ਸਜ਼ਾ ਮੰਗੀ ਸੀ ਅਤੇ ਹੁਣ ਦੇਖੋ ਵੀ ਉਹ ਪ੍ਰੋਵੇਸ਼ਨ ਦੇ ਉੱਤੇ ਕਹਿੰਦੇ ਛੱਡ ਦਿੱਤੇ ਗਏ ਹੈਗੇ ਆ। ਇਹ ਹਰਜੋਤ ਸਿੰਘ ਜੀ ਕੋਈ ਪਹਿਲੀ ਖਬਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਬਹੁਤ ਅਰੀ ਜਿਹੜੀਆਂ ਇੱਦਾਂ ਦੀਆਂ ਖਬਰਾਂ ਖਾਸ ਕਰਕੇ ਸੁਣਨ ਨੂੰ ਆਪਾਂ ਮਿਲਦੇ ਰਹੇ ਹਾਂ, ਜਿਸ ਦੇ ਵਿੱਚ ਪੁਲਿਸ ਵਾਲਿਆਂ ਨੇ ਆਪਣੇ ਸਾਥੀ ਪੁਲਿਸ ਵਾਲਿਆਂ ਨੂੰ ਅਜਿਹੇ ਪੁੱਠੇ ਕੰਮ ਕਰਨ ਤੋਂ ਬਾਵਜੂਦ ਵੀ ਜਿਹੜਾ ਉਹਨਾਂ ਨੂੰ ਉਸ ਚੀਜ਼ 'ਚੋਂ ਬਚਾ ਲਿਆ ਹੈਗਾ ਆ। ਹਰਜੋਤ ਸਿੰਘ ਜੀ ਅਗਲੀ ਜਿਹੜੀ ਇੱਕ ਗੱਲ ਕਰਦੇ ਹਾਂ, ਦੋ ਜਿਹੜੇ ਚਿੱਟੇ ਅੱਤਵਾਦੀ ਜਿਹੜੇ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਜੌਨੀ ਯੰਗ 22 ਸਾਲ ਦਾ, ਬ੍ਰੈਕਸਟਨ ਰੇਬੈਕ 25 ਸਾਲਾਂ ਦਾ। ਇਹ ਕਹਿੰਦੇ ਆ ਵੀ ਲਾਸ ਵੇਗਸ ਟ੍ਰਿਪ ਦੇ ਉੱਤੇ ਜਿਹੜੇ ਇੱਕ ਨਾਈਟ ਕਲੱਬ ਸੀ ਉਸ ਦੇ ਵਿੱਚ, ਉਸ ਦੇ ਉੱਤੇ ਇਹਨੇ ਕਹਿੰਦੇ ਵੀ ਵਾਈਟ ਪਾਵਰ ਦੇ ਜਿਹੜੇ ਉਹਨਾਂ ਨੇ ਇੱਕ ਤਾਂ ਨਾਰੇ ਲਾਏ ਅੰਦਰ ਜਾ ਕੇ, ਅਤੇ ਬਾਅਦ ਦੇ ਵਿੱਚ ਕਿਹਾ ਵੀ ਅਸੀਂ ਇੱਥੇ ਜਿਹੜੀ ਅੰਨੇ ਵਾਹ ਗੋਲੀਬਾਰੀ ਵੀ ਜਿਹੜੀ ਉਹ ਕਰ ਸਕਦੇ ਹਾਂ। ਸੋ ਲਾਸ ਵੇਗਸ ਦੀ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਨੇ ਇਹਨਾਂ ਨੂੰ ਬੀਤੇ ਦਿਨਾਂ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ। ਕਹਿੰਦੇ ਵੀ ਇਹ ਦੋ ਜਾਣੇ ਜਿਹੜੇ ਉਸ ਕਲੱਬ ਦੇ ਹੋਰ ਗੈਸਟ ਸੀ ਉਹਨਾਂ ਦੇ ਨਾਲ ਆਰਗੂਮੈਂਟ ਦੇ ਵਿੱਚ ਜਿਹੜੇ ਉਹ ਪੈ ਗਏ, ਬਾਅਦ ਦੇ ਵਿੱਚ ਉਹ ਇਹ ਦੋਨੋਂ ਜਾਣੇ ਰੌਲਾ ਪਾਉਣ ਲੱਗੇ, ਵਾਈਟ ਪ੍ਰਿਵਿਲੇਜ, ਵਾਈਟ ਪਾਵਰ, ਵੀ ਆਰ ਵਾਈਟ ਸੁਪਰਮੇਸਿਸਟ। ਸੋ ਆਪ ਹੀ ਮੰਨਦੇ ਆ ਵੀ ਇਹ ਚਿੱਟੇ ਅੱਤਵਾਦੀ ਨੇ, ਅਤੇ ਬਾਅਦ ਦੇ ਵਿੱਚ ਹੁਣ ਇਹਨਾਂ ਨੂੰ ਜਿਹੜਾ ਉੱਥੇ ਗ੍ਰਿਫਤਾਰ ਕਰ ਲਿਆ ਗਿਆ। ਆਪਾਂ ਦੇਖ ਰਹੇ ਹਾਂ ਵੀ ਲਗਾਤਾਰ ਜਿਹੜੇ ਵਾਈਟ ਸੁਪਰਮੇਸਿਸਟ ਦੀ ਜਿਹੜੀ ਸਰਚ ਆ ਉਹ ਦੇਖੀ ਜਾ ਰਹੀ ਹੈ। ਥਾਂ ਥਾਂ ਦੇ ਉੱਤੇ ਜਿਹੜੇ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ, ਜਿਸ ਦੇ ਵਿੱਚ ਲੋਕ ਆਪੋ ਆਪਣੇ ਆਪ ਨੂੰ ਇੱਕ ਹਿਸਾਬ ਦੇ ਨਾਲ ਇਹੀ ਗੱਲ ਜਿਹੜੀ ਆਖ ਰਹੇ ਆ ਵੀ ਸਾਡੇ ਤੋਂ ਵਧੀਆ ਇੱਕ ਹਿਸਾਬ ਦੇ ਨਾਲ ਕਹਿੰਦੇ ਆ ਵੀ ਨਸਲ ਜਿਹੜੀ ਉਹ ਹੈ ਨਹੀਂ ਆ ਅਤੇ ਅਸੀਂ ਜਿਹੜੇ ਆ ਹਰ ਇੱਕ ਪਾਸੇ ਜਿਹੜੇ ਉਹ ਚੰਗੇ ਹਾਂ। ਸੋ ਇਹੋ ਜਿਹੇ ਲੋਕਾਂ ਤੋਂ ਜਿਹੜਾ ਹਰ ਇੱਕ ਨੂੰ ਬਚ ਕੇ, ਅਤੇ ਜਦੋਂ ਤੁਸੀਂ ਕਿਤੇ ਵੀ ਜਾਂਦੇ ਆ ਆਉਂਦੇ ਜਾਂਦੇ ਆ ਅਜਿਹੇ ਲੋਕਾਂ ਤੋਂ ਜਿਹੜਾ ਤੁਸੀਂ ਸਤਰਕ ਜਿਹੜਾ ਜੀ ਰਹੋ, ਨਹੀਂ ਤਾਂ ਕੋਈ ਪਤਾ ਨਹੀਂ ਹੁੰਦਾ ਇਹਨਾਂ ਨੇ ਜਿਹੜਾ ਕਿੱਥੇ ਪੁੱਠਾ ਕਰ ਦੇਣਾ ਹੈ ਜੀ। ਪਿਛਲੇ ਦਿਨਾਂ ਦੇ ਵਿੱਚ ਟਰੇਸੀ ਦੇ ਵਿੱਚ ਜਿਹੜੇ ਪਰਮਜੀਤ ਸਿੰਘ ਬਜ਼ੁਰਗ ਜਿਹੜੇ 14 ਸਾਲਾਂ ਦੇ ਸੀ ਜਿਨ੍ਹਾਂ ਨੂੰ ਚਾਕੂਆਂ ਮਾਰ ਕੇ ਮਾਰ ਦਿੱਤਾ ਗਿਆ ਸੀ, ਉਹਨਾਂ ਦੇ ਸੰਬੰਧ ਦੇ ਵਿੱਚ ਕਾਫੀ ਵੱਡਾ ਕੈਂਡਲਾਈਟ ਵਿਜ਼ਲ ਵੀ ਹੋਇਆ ਅਤੇ ਹੁਣ ਜਿਹੜਾ ਆ ਪੂਰਾ ਨੈਸ਼ਨਲ ਮੀਡੀਆ CNN, CBS, ਫੋਕਸ ਉਹਨਾਂ ਸਾਰਿਆਂ ਨੇ ਇਹ ਨਿਊਜ਼ ਜਿਹੜੀ ਕਵਰ ਕੀਤੀ ਆ ਅਤੇ ਬਹੁਤ ਸਾਰੀਆਂ ਜਿਹੜੀਆਂ ਸਿੱਖ ਔਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਨੇ ਇਹ ਡਿਮਾਂਡ ਕੀਤਾ ਆ ਵੀ ਇਸ ਨੂੰ ਜਿਹੜਾ ਹੇਟ ਕ੍ਰਾਈਮ ਕੇਸ ਲਿਆ ਜਾਵੇ। CNN ਨੇ ਤਾਂ ਕਾਫੀ ਵੱਡੀ ਜਿਹੜੀ ਨਿਊਜ਼ ਆ ਉਹਦੇ ਉੱਤੇ ਕਵਰ ਕੀਤੀ ਆ ਅਤੇ ਨਾਲ ਦੀ ਨਾਲ ਇਹ ਵੀ ਦੱਸਿਆ ਵੀ ਹੋਰ ਵੀ ਕਿੰਨੀਆਂ ਇੰਸੀਡੈਂਟਸ ਜਿਹੜੀਆਂ ਸਿੱਖਾਂ ਦੇ ਨਾਲ ਹੋਈਆਂ ਜਿਹਦੇ ਵਿੱਚ ਇਹ ਲੇਟਲੀ ਇੱਕ ਮੋਡੈਸਟੋ ਗੁਰੂ ਘਰ ਦੇ ਵਿੱਚ ਅਟੈਕ ਕੀਤਾ ਗਿਆ ਸੀ, ਉਸ ਤੋਂ ਪਹਿਲਾਂ ਇੱਕ ਲੈਥਰੋਪ 'ਚ ਬਜ਼ੁਰਗ ਨੂੰ ਕੁੱਟਿਆ ਗਿਆ ਸੀ, ਉਸ ਤੋਂ ਪਹਿਲਾਂ ਇੱਕ ਟਰਲਿਕ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਹੀ ਸਪੋਰਟਰ ਆ ਜਦੋਂ ਉਹ ਸਾਈਨ ਲਾਉਂਦੇ ਸੀ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਸੀ। ਸੋ ਕਿੰਨੀਆਂ ਇੰਸੀਡੈਂਟ ਹੋਈਆਂ ਆ ਅਤੇ ਯੂਨਾਈਟਿਡ ਸਿੱਖ ਕੋਲੀਸ਼ਨ ਉਹ ਵਰਕਆਊਟ ਕਰ ਰਿਹਾ ਵੀ ਇਹਦੇ FBI ਨੂੰ ਉਹਨਾਂ ਨੇ ਆਲਰੇਡੀ ਕੰਟੈਕਟ ਕੀਤਾ ਵੀ ਇਹਨੂੰ ਜਿਹੜਾ ਆ ਹੇਟ ਕ੍ਰਾਈਮ ਦੇ ਵਿੱਚ ਲਿਆ ਜਾਵੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਆ ਰਹੀ ਆ, ਕਲੋਵਿਸ ਦੇ ਪੁਲਿਸ ਡਿਪਾਰਟਮੈਂਟ ਨਾਲ ਸੰਬੰਧਿਤ ਆ ਫਰੈਜ਼ਨੋ ਵਾਲੇ ਇਲਾਕੇ 'ਚੋਂ, ਕਹਿੰਦੇ ਸਾਬਕਾ ਕਲੋਵਿਸ ਪੁਲਿਸ ਡਿਪਾਰਟਮੈਂਟ ਦਾ ਇੰਪਲੋਈ ਜਿਸ ਦਾ ਨਾਮ ਮਿਸ਼ਲ ਸਿੰਘ ਦੱਸਿਆ ਜਾਂਦਾ ਹੈ 26 ਸਾਲਾਂ ਦਾ, ਉਸ ਨੂੰ ਕਹਿੰਦੇ ਆ ਵੀ ਹੁਣ ਗ੍ਰਿਫਤਾਰ ਜਿਹੜਾ ਕੀਤਾ ਗਿਆ ਉਸ ਦੇ ਉੱਤੇ ਕਾਫੀ ਸਰੀਰਕ ਸ਼ੋਸ਼ਣ, ਸੈਕਸ ਕ੍ਰਾਈਮਸ ਜਿਹੜੇ ਆ ਉਸ ਦੇ ਉੱਤੇ ਮਲਟੀਪਲ ਜਿਹੜੇ ਅਕਿਊਜ਼ ਆ ਉਹ ਲੱਗੇ ਨੇ। ਐਕਵੀਜੀਸ਼ਨ ਜਿਹੜੇ ਕਥਿਤ ਤੌਰ ਦੇ ਉੱਤੇ ਲਾਈਆਂ ਗਈਆਂ ਉਹ ਵੀ ਮਾਈਨਰ ਦੇ ਨਾਲ। ਕਹਿੰਦੇ 2015 ਦੇ ਵਿੱਚ ਇੱਕ ਸਮਰ ਕੈਂਪ ਦੇ ਵਿੱਚ ਇਹ ਕੰਮ ਕਰ ਰਿਹਾ ਸੀ ਜਦ ਉਸ ਇੱਕ ਮਾਈਨਰ ਨੂੰ ਜਿਹੜੇ ਉਹ ਮਿਲਿਆ, ਅਤੇ 2017 ਦੇ ਵਿੱਚ ਕਹਿੰਦੇ ਇਸਨੇ ਇਹ ਜਿਹੜੇ ਕੁਕਰਮ ਕੀਤੇ ਆ, ਅਤੇ ਕਹਿੰਦੇ ਵੀ ਇਸ ਮਿਚਲ ਸਿੰਘ ਨੇ ਉੱਤੇ 30 ਅਨਲਾਫੁਲ ਐਕਟਸ ਔਨ ਚਾਈਲਡ ਜਿਹੜੇ ਆ ਇਸ ਦੇ ਮੁਤਾਬਕ ਜਿਹੜੇ ਉਹ ਮਲੇ ਲਾਏ ਗਏ ਨੇ। ਕਲੋਵਿਸ ਪੁਲਿਸ ਨੇ ਦੱਸਿਆ ਵੀ ਇਹ ਐਜ਼ ਏ ਕਮਿਊਨਿਟੀ ਸਰਵਿਸ ਆਫਿਸਰ ਕਲੋਵਿਸ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਿਹੜਾ ਉਹ ਕੰਮ ਕਰਦਾ ਸੀਗਾ, ਅਤੇ ਇਸ ਨੂੰ ਬੀਤੇ ਸੋਮਵਾਰ ਜਿਹੜਾ ਹਰਜੋਤ ਸਿੰਘ ਜੀ ਇਹ ਅਜਿਹੇ ਜਿਹੜੇ ਸੈਵਰਲ ਚਾਰਜਿਸ ਦੇ ਨਾਲ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਗਿਆ ਆ ਜੀ। ਸੋ ਬਿਲਕੁਲ ਸਾਡਾ ਸਮਾਂ ਜਿਹੜਾ ਹੁਣ ਸਮਾਪਤ ਆ।
ਹਾਂ ਜੀ ਬਿਲਕੁਲ ਜੀ, ਸਮਾਪਤੀ ਵੱਲ ਨੂੰ ਆ। ਅਤੇ ਆਪਾਂ ਜਿਹੜਾ ਕੱਲ੍ਹ ਦੱਸ ਰਹੇ ਸੀਗੇ ਵੀ ਇੱਕ ਜਿਹੜੀ ਸਿਟੀ ਵਾਲੇ ਨੇ ਕਿਹਾ ਸੀਗਾ ਵੀ ਭਾਈ ਜਿਹੜੀ ਵੇਪਿੰਗ ਅਤੇ ਜਿਹੜੀ ਜੂਲਿੰਗ ਉਹ ਬੰਦ ਕਰੋ। ਹੁਣ ਜੂਲ ਦਾ ਜਿਹੜਾ ਸੀਈਓ ਜਿਹਨਾਂ ਨੇ ਖੁਦ ਇਹ ਪ੍ਰੋਡਕਟ ਜਿਹੜਾ ਉਹ ਬਣਾਇਆ ਆ, ਕਹਿੰਦੇ ਉਹ ਖੁਦ ਵਾਰਨਿੰਗ ਦੇ ਰਿਹਾ ਆ ਨੌਨ ਸਮੋਕਰਸ ਨੂੰ ਵੀ ਵੀ ਭਾਈ ਇਸ ਦੇ ਜਿਹੜੇ ਲੌਂਗ ਟਰਮ ਇਫੈਕਟਸ ਜਿਹੜੇ ਆ ਉਹ ਅਨਨੋਨ ਨੇ, ਪਤਾ ਨਹੀਂ ਆ ਵੀ ਕੀ ਜਿਹੜਾ ਹੋ ਸਕਦਾ। ਬੀਤੇ ਦਿਨਾਂ 'ਚ ਮਿਲਵਾਕੀ ਵਾਲੇ ਇਲਾਕੇ ਦੇ ਵਿੱਚ 16 ਤੋਂ ਵੱਧ ਕੇਸ ਹਰਜੋਤ ਸਿੰਘ ਜੀ ਇਹ ਆਏ ਸੀਗੇ, ਜਿਸ ਦੇ ਵਿੱਚ ਜਿਹੜੇ ਲੋਕ ਆ ਇਹ ਈ ਸਿਗਰਟਸ ਵੇਪਿੰਗ ਜੂਲਿੰਗ ਦੇ ਕਰਕੇ ਜਿਹੜੇ ਆ ਉਹਨਾਂ ਨੂੰ ਲੰਘਦੀਆਂ ਭੈੜੀਆਂ ਬਿਮਾਰੀਆਂ ਦੇ ਨਾਲ ਜਿਹੜੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਭਰਤੀ ਕਰਨਾ ਪਿਆ ਸੀਗਾ। ਸੋ ਜਿਹੜੇ ਜੂਲ ਲੈਬਸ ਦਾ ਸੀਈਓ ਕੈਵਿਨ ਬਰਨਸ ਆ ਉਸ ਨੇ ਜਿਹੜੇ ਨੌਨ ਸਮੋਕਰਸ ਨੂੰ ਕਿਹਾ ਆ ਵੀ ਡੋਂਟ ਵੇਪ, ਡੋਂਟ ਯੂਜ਼ ਜੂਲ, ਵੀ ਇਸ ਦਾ ਜਿਹੜਾ ਕੋਈ ਵੀ ਜਿਹੜਾ ਆ ਉਹ ਬਹੁਤ ਭਿਆਨਕ ਜਿਹੜੇ ਇਸ ਦੇ ਸਿੱਟੇ ਨਤੀਜੇ ਜਿਹੜੇ ਹੋ ਸਕਦੇ ਲੌਂਗ ਟਰਮ, ਕਿਉਂਕਿ ਉਹਨਾਂ ਨੂੰ ਵੀ ਜਿਹੜਾ ਆ ਉਹ ਪਤਾ ਨਹੀਂ ਹੈਗਾ। ਅਤੇ ਵੈਸੇ ਤਾਂ ਦੇਖੋ ਇਹ ਸਾਰੇ ਜਾਣੇ ਇਹ ਬੱਚਿਆਂ ਦੇ ਉੱਤੇ ਵੀ ਜਿਹੜਾ ਇੰਨਾ ਕੁ ਜ਼ਿਆਦਾ ਭੈੜਾ ਪ੍ਰਭਾਵ ਜਿਹੜਾ ਉਹ ਪਾ ਰਹੇ ਨੇ। ਤੁਸੀਂ ਕਿਸੇ ਸ਼ਹਿਰ ਦੇ ਵਿੱਚ ਕਿਸੇ ਸਕੂਲ ਦੇ ਵਿੱਚ ਜਿਹੜਾ ਚਲ ਜਾਓ, USB ਵਰਗੀ ਦਿਖਣ ਵਾਲੀ ਇਹ ਜਿਹੜੀ ਜੂਲ ਹੁੰਦੀ ਆ ਇਸ ਨੇ ਬਹੁਤ ਜਿਹੜੇ ਘਰਾਂ ਦੇ ਵਿੱਚ ਜਿਹੜੇ ਉਜਾੜੇ ਪਾਉਣੇ ਆ, ਜੇ ਇਸ ਨੂੰ ਸਮੇਂ ਰਹਿੰਦੇ ਹੋਏ ਨਾ ਜਿਹੜਾ ਉਹ ਰੋਕਿਆ ਜਾਵੇ। ਬੱਚਿਆਂ ਦੇ ਨਾਲ ਗੱਲਬਾਤ ਰੱਖੋ, ਉਹਨਾਂ ਦੇ ਬੈਗ ਜਿਹੜੇ ਜ਼ਰੂਰ ਦੇਖੋ, ਬੋਲੋ ਵੀ ਕਿਤੇ ਇਹ ਨਾ ਹੋਵੇ ਵੀ ਉਹ ਜੂਲ ਜਿਹੜੀ ਉਹ ਕਰਦੇ ਹੋਣ, ਤੁਹਾਨੂੰ ਜਿਹੜਾ ਉਹ USB ਕਹਿ ਕੇ ਅੱਖਾਂ 'ਚ ਘਾਟਾ ਨਾ ਪਾਈ ਜਾਣ। ਜ਼ਰੂਰ ਆਪਣੇ ਬੱਚਿਆਂ ਦੇ ਉੱਤੇ ਨਜ਼ਰ ਰੱਖੋ, ਪੁੱਠੇ ਕੰਮਾਂ 'ਚ ਪੈਣ ਨੂੰ ਸਮਾਂ ਘੱਟ ਲੱਗਦਾ ਅਤੇ ਬਾਅਦ 'ਚ ਨਿਕਲਣ ਨੂੰ ਵਰ੍ਹਿਆਂ ਦੇ ਵਰ੍ਹੇ ਜਿਹੜੇ ਲੱਗ ਜਾਂਦੇ ਆ ਅਤੇ ਘਰ ਪਰਿਵਾਰ ਜਿਹੜੇ ਬਾਅਦ ਦੇ ਵਿੱਚ ਉੱਜੜ ਜਾਂਦੇ ਆ। ਸੋ ਪਲੀਜ਼ ਆਪਣੇ ਬੱਚਿਆਂ ਦਾ ਇਹੋ ਜਿਹੀਆਂ ਚੀਜ਼ਾਂ ਤੋਂ ਜਿਹੜਾ ਉਹ ਬਚਾਅ ਰੱਖੋ, ਖੁਦ ਵੀ ਇਹਨਾਂ ਦੇ ਉੱਤੇ ਧਿਆਨ ਦਿਓ। ਸੋ ਬਿਲਕੁਲ ਸਰੋਤਿਓ, ਕੱਲ੍ਹ ਨੂੰ ਸੈਚਰਡੇ ਹੈਗਾ ਆ ਅਤੇ ਕੱਲ੍ਹ ਨੂੰ ਸਾਡਾ ਸਪੈਸ਼ਲ ਪ੍ਰੋਗਰਾਮ ਇਮੀਗ੍ਰੇਸ਼ਨ ਦੇ ਉੱਤੇ ਹੁੰਦਾ। ਬਹੁਤ ਸਾਰੀਆਂ ਚੇਂਜਸ ਆ ਰਹੀਆਂ, ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋ। ਅੱਜ ਹੀ U-Visa ਦੇ ਉੱਤੇ ਬਹੁਤ ਚੇਂਜਸ ਲਿਆਂਦੀਆਂ ਟਰੰਪ ਐਡਮਿਨਿਸਟ੍ਰੇਸ਼ਨ ਨੇ। ਕੱਲ੍ਹ ਨੂੰ ਆਪਾਂ ਡਿਟੇਲ 'ਚ ਦੱਸਾਂਗੇ, 400 ਦੇ ਕਰੀਬ ਪੰਜਾਬੀ ਮੁੰਡੇ ਡਿਪੋਰਟ ਕਰ ਦਿੱਤੇ ਗਏ ਆ ਇੱਥੋਂ, ਜਿਹੜੇ ਜੇਲ੍ਹਾਂ 'ਚ ਸੀ 900 ਹਜੇ ਅੰਦਰ ਆ। ਸੋ ਡਿਟੇਲ ਦੇ ਵਿੱਚ ਆਪਾਂ ਕੱਲ੍ਹ ਨੂੰ ਸਾਰਾ ਕੁਛ ਇਹ ਇਮੀਗ੍ਰੇਸ਼ਨ ਬਾਰੇ ਦੱਸਾਂਗੇ ਜੀ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ, ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ, ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US। ਜੇਕਰ ਤੁਸੀਂ ਸੈਕਰਾ